ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਅੱਜ ਨਾਲੇ। ਦੋਸਤੋ, ਪੁਰਾਣੀ ਰੰਜਿਸ਼ 'ਤੇ ਚੱਲਦਿਆਂ ਕੁਛ ਲੋਕਾਂ ਨੇ ਇੱਕ ਘਰ ਦੇ ਉੱਪਰ ਧਾਵਾ ਬੋਲ ਦਿੱਤਾ ਹੈ ਔਰ ਇਸ ਧਾਵੇ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਔਰ ਵੱਡੀ ਗੱਲ ਹੈ ਕਿ ਇਹਨਾਂ ਦੀ ਰੰਜਿਸ਼ ਕੀ ਸੀ ਔਰ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਅੱਜ ਨਾਲੇ ਤੋਂ ਜਗਜੀਤ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਜਗਜੀਤ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸੋਤਾ ਸਾਹਿਬ, ਇਹ ਅਜਨਾਲਾ ਦੇ ਕਰੀਬ ਪਿੰਡ ਵੱਲੜਵਾਲ ਦੇ ਰਹਿਣ ਵਾਲੇ ਵਾਸੀ ਸੀਗੇ ਜੀ। ਇਹ ਉਹਨਾਂ ਦੇ ਜਿਹੜੀ ਜ਼ਖਮੀ ਵਾਈਫ ਕਸ਼ਮੀਰ ਕੌਰ, ਉਹਨਾਂ ਨੇ ਦੱਸਿਆ ਕਿ ਅਚਾਨਕ ਅਸੀਂ ਗੰਨੇ ਦੇ ਖੇਤ ਵਿੱਚ ਕੰਮ ਕਰ ਰਹੇ ਸੀ ਤੇ ਕੰਮ ਕਰਦੇ ਸਾਨੂੰ ਪਤਾ ਲੱਗਾ ਸਾਡੇ ਘਰ ਵਿੱਚ ਉਹਨਾਂ ਨੇ ਕੁਛ ਵਿਅਕਤੀਆਂ ਨੇ ਆਣ ਕੇ ਹਮਲਾ ਕਰ ਦਿੱਤਾ ਹੈ ਜੀ, ਤੇ ਜਿਹਦੇ ਕਾਰਨ ਉਹ ਸਾਡੇ ਤਰਸੇਮ ਸਿੰਘ ਜੀ ਦੀ ਜਿਹੜੀ ਆ ਉਹ ਮੌਕੇ ਤੇ ਮੌਤ ਹੋ ਗਈ ਆ। ਉਹਨਾਂ ਨੂੰ ਹਸਪਿਟਲ ਲਿਆਂਦਾ ਗਿਆ ਪਰ ਉਹਨਾਂ ਦੀ ਮੌਤ ਹੋ ਚੁੱਕੀ ਆ। ਲੇਕਿਨ ਰੰਜਿਸ਼ ਦਾ ਕਾਰਨ ਕੁਛ ਅੱਗੇ ਆਇਆ ਸਰ? ਉਹਨਾਂ ਨੇ ਸੋਤਾ ਸਾਹਿਬ ਦੱਸਿਆ ਕਿ ਪਹਿਲਾਂ ਅੱਜ ਤੋਂ ਕੁਛ ਸਮਾਂ ਪਹਿਲਾਂ ਅਸੀਂ ਸਾਡੀ ਰੇਤਾ ਨਿਕਲਦੀ ਸੀ ਸਾਡੀ ਪੈਲੀਆਂ ਦੇ ਕੋਲੋਂ ਤੇ ਸਾਡੇ ਨੁਕਸਾਨ ਹੋ ਰਿਹਾ ਸੀ ਸਾਡੇ ਘਰ ਦਾ ਜੀ, ਤੇ ਉਹਦੇ ਅਸੀਂ ਵਿਰੋਧ ਕੀਤਾ ਸੀ। ਉਹਦੇ ਕਾਰਨ ਪਹਿਲਾਂ ਵੀ ਸਾਡੇ ਘਰ ਆਣ ਕੇ ਗੱਲ ਪਏ ਸੀਗੇ ਤੇ ਉਸੇ ਹੀ ਰੰਜਿਸ਼ ਚੱਲਦੀ ਨੂੰ ਸਾਡੇ ਨਾਲ ਇਹਨਾਂ ਨੇ ਫੇਰ ਆਣ ਕੇ ਹਮਲਾ ਕਰ ਦਿੱਤਾ ਜੀ। ਲੇਕਿਨ ਇਹਨਾਂ ਲੋਕਾਂ ਨੇ ਇਤਲਾਹ ਦਿੱਤੀ ਪੁਲਿਸ ਨੂੰ? ਜੀ ਜੀ, ਹੁਣ ਸਰ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਆ, ਫਿਰ ਉਸ ਤੇ ਹੁਣ ਪੁਲਿਸ ਵੀ ਪਹੁੰਚੀ ਸੀ, ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਾਰਾ ਹੀ ਜਿਹੜਾ ਹੈਂਡਲ ਕੀਤਾ ਆ। ਉਹਨਾਂ ਨੇ ਫਿਰ ਇਹਨਾਂ ਨੂੰ ਹਸਪਿਟਲ 'ਚ ਲਿਆ ਕੇ ਇਹਨਾਂ ਟ੍ਰੀਟਮੈਂਟ, ਜਿਹੜੀ ਕਸ਼ਮੀਰ ਕੌਰ ਆ ਉਹ ਵੀ ਜ਼ਖਮੀ ਹੋਈ ਹੈ ਜੀ, ਤੇ ਉਹਨਾਂ ਨੂੰ ਵੀ ਹਸਪਿਟਲ 'ਚ ਟ੍ਰੀਟਮੈਂਟ ਲਈ ਲਿਆਂਦਾ ਜੀ। ਲੇਕਿਨ ਇਹ ਕੌਣ ਬੰਦੇ ਸੀ? ਉਹਨਾਂ ਦੇ ਉਹੀ ਬੰਦੇ ਸੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਲਾਗਡਾਟ ਸੀ ਜਾਂ ਇਹਨਾਂ ਵਿੱਚੋਂ ਕੋਈ ਅਣਪਛਾਤੇ ਵੀ ਸਨ? ਜੀ, ਉਹਨਾਂ ਨੇ ਸਰ ਸੋਤਾ ਸਾਹਿਬ ਇਹੀ ਦੱਸਿਆ ਕਿ ਇਹ ਉਹੀ ਨਹੀਂ ਜਿਹੜੇ ਸਨ, ਪਹਿਲਾਂ ਵੀ ਇਹਨਾਂ ਨੇ ਚੱਲਦਾ ਸੀ ਇਹਨਾਂ ਨਾਲ, ਕੋਈ ਹੋਰ ਵੀ ਕੋਈ ਪੈਲੀ ਦਾ ਵੀ ਚੱਕਰ ਚੱਲਦਾ ਸੀ ਪਰ ਇਹ ਕਹਿੰਦੇ ਕਿ ਸਾਡੇ ਨਾਲ ਪੁਰਾਣੀ ਰੰਜਿਸ਼ ਦੇ ਕਰਕੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਜੀ। ਸੋ ਇਸ ਸੰਬੰਧ ਵਿੱਚ ਜਗਜੀਤ ਜੀ ਕਿਸੇ ਨਾਲ ਗੱਲਬਾਤ ਕੀਤੀ? ਜੀ ਜੀ ਸਰ, SHO ਜਨਾਲਾ ਨਾਲ ਗੱਲ ਹੋਈ ਹੈ ਜੀ ਇਸ ਵਿਸ਼ੇ ਤੇ ਜੀ, ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਮਤਲਬ ਇਸ ਚੀਜ਼ ਦੀ ਇਨਕੁਆਇਰੀ ਕਰ ਰਹੇ ਆ ਅਸੀਂ, ਪੂਰੀ ਇਨਕੁਆਇਰੀ ਕਰਕੇ ਛਾਨਬੀਨ ਕਰਕੇ ਜੋ ਵੀ ਬਣਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇਗੀ। ਪਰ ਜਿਹੜੀ ਕਹਿ ਰਹੇ ਕਿ ਪਿਛਲਾ ਜਿਹੜਾ ਮਾਈਨਿੰਗ ਦਾ ਕੋਈ ਮਸਲਾ ਜਿਹੜਾ ਰੇਤ ਦਾ, ਉਹ ਕਹਿੰਦੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਇਹਨਾਂ ਦੀ ਕੋਈ ਆਪਣੀ ਰੰਜਿਸ਼ ਆ ਜਿਹਦੇ ਕਾਰਨ ਇਹਨਾਂ ਦੇ ਹਮਲਾ ਆਇਆ। ਬਹੁਤ ਬਹੁਤ ਮਿਹਰਬਾਨੀ ਜਗਜੀਤ ਜੀ, ਤੁਸੀਂ ਜਾਣਕਾਰੀ ਦਿੱਤੀ। ਔਰ ਦੋਸਤੋ, ਮੈਂ ਦੱਸ ਦਿਆਂ ਕਿ ਇਹ ਅਜਨਾਲੇ ਤੋਂ ਨਿਊਜ਼ ਹੈ ਜਿੱਥੇ ਕਿ ਇੱਕ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਇੱਕ ਪਰਿਵਾਰ ਹੈ ਜਿਹਨਾਂ ਤੋਂ ਦੇਰ ਦੀ ਰੰਜਿਸ਼ ਚੱਲ ਰਹੀ ਆ ਔਰ ਮਾਈਨਿੰਗ ਨੂੰ ਲੈ ਕੇ, ਜ਼ਮੀਨ ਦੇ ਕੁਛ ਰੌਲੇ ਨੂੰ ਲੈ ਕੇ ਇਹ ਸਾਰਾ ਕੁਛ ਚੱਲ ਰਿਹਾ ਸੀ ਔਰ ਉਸੇ ਪਰਿਵਾਰ ਨੇ ਘਰ ਆ ਕੇ ਸਾਡੇ 'ਤੇ ਹਮਲਾ ਕਰ ਦਿੱਤਾ ਹੈ ਔਰ ਉਸ ਹਮਲੇ ਦੇ ਵਿੱਚ ਕੁਛ ਲੋਕ ਜ਼ਖਮੀ ਹੋਏ ਨੇ ਔਰ ਇੱਕ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਕੀਤੀ ਗਈ ਹੈ, ਆਓ ਸੁਣਦੇ ਹਾਂ। ਅਤੇ 60 ਸਾਲ ਬਾਰੇ ਤੇਰਾ ਜੀ ਰਾਜ ਦਾ ਬੈਠੇ ਹਨ ਬੱਚੇ ਹਥਿਆਰ ਥੂ ਲੈ ਕੇ, ਤੇਰਾ ਜੀ ਬੁੱਢੇ ਨੂੰ ਵੱਢਦਾ ਮਾਰਤਾ ਅਤੇ ਆਤੇ ਕਸ਼ਮੀਰ ਕੌਮ ਦਾ ਨਾ ਆਤੇ ਗਈ ਭਾਸ਼ੀ ਵੀ ਸਾਡਾ ਆਵਾਜ਼ ਦਾ ਬਣਗੀ ਬਣਦਿਆ ਅਤੇ ਇਹਦਾ ਮੇਰਾ ਸਿਆਸੀ ਪਾੜਤਾ ਹੈ ਅਤੇ ਸਾਡਾ ਬਹੁਤ ਧੱਕਾ ਹੋਈ ਹੈ। ਪਹਿਲਾਂ ਸਾਡੇ ਨਾਲ ਚੋਦੇ ਰੇਲ ਰੂਲ ਬਾਰੇ ਵੀ ਹੋਣ ਦੀ ਜੋ ਬੋਲੀ ਦੇ ਵਿੱਚ ਟਰਾਂਡਾ ਭੰਨਿਆ, ਸ਼ੀਸ਼ੇ ਭੰਨੇ, ਇਨਵੇਟਰ ਭੰਨਿਆ। ਕੌਣ ਨੇ ਰੋਗ? ਉਹ ਜੀ ਦਲਬੀਰ ਸਿੰਘ, ਦਲਬੀਰ ਸਿੰਘ ਅਤੇ ਲੱਖਾ ਅਤੇ ਸੁੱਖਾ ਅਤੇ ਬਾਕੀ ਹੋਏ ਜੀ ਆਹ ਬੰਦੇ ਦੱਸ ਕੇ ਹੈਗੇ ਨੇ, ਉਹ ਜੀ ਸਾਡੇ ਪਛਾਣੇ ਗਏ, ਉਹ ਭੱਜ ਗਏ ਨੇ। ਕੀ ਮੰਗ ਕਰਦੇ ਹੋ? ਮੰਗ ਜੀ ਆਹ ਜੋ ਸਾਡੇ ਕਾਰਵਾਈ ਕੀਤੀ ਜਾਏਗੀ, ਅਸੀਂ ਬਹੁਤ ਗਰੀਬ ਬੰਦੇ ਹਾਂ, ਜੋ ਸਾਡਾ ਕਾਨੂੰਨ ਕਾਰਵਾਈ ਕੀਤੀ ਜਾਏ ਸਾਡੇ ਨਾਲ। ਬੱਲਰਵਾਲ ਕੀ ਗੱਲ ਹੋਈ ਜੀ? ਅਸੀਂ ਆਪਣੀ ਪੈਲੀ 'ਤੇ ਕੰਮ ਕਰਦੇ, ਅਸੀਂ ਗੰਨਾ ਚੱਲਦੇ, ਅਸੀਂ ਆਪਣੀ ਖੋਰੀ ਖਾਰੀ ਇਕੱਠੀ ਕਰਦੇ ਹਾਂ ਅਤੇ ਪੈਲੀ 'ਤੇ ਆਣ ਕੇ ਦਲਬੀਰ ਸਿੰਘ, ਸੁੱਖਾ ਸਿੰਘ, ਲੱਖਾ ਸਿੰਘ, ਲੱਖੇ ਨੇ ਵਰਸ਼ਾ ਮਾਰਿਆ, ਭਾਪੇ ਨੂੰ ਮਾਰਿਆ ਵਰਸ਼ਾ,
ਵਰ ਦਿੱਤਾ ਸਾਨੂੰ ਅਸੀਂ ਖਾਲੀ ਹੱਥੋਂ। ਲੱਖਾਂ ਨੇ ਰੇਕੋ ਰਜਵਾਈ, ਚਾਰ ਬੰਦੇ ਨੇ, ਚੌਂ ਬੰਦਿਆਂ ਨੇ ਸਾਨੂੰ ਵਰਤ ਇੱਕ ਰਜਵਾਈ, ਉਹਦਾ ਨਾਂ ਨਹੀਂ ਪਤਾ ਕੀ ਜਵਾਈ ਦਾ ਨਾਂ ਹੈ। ਇੱਕ ਸੁੱਖਾ, ਇੱਕ ਲੱਖਾ, ਇੱਕ ਦਲਬੀਰ ਸਿੰਘ। ਕਿਹੜੀ ਗੱਲ ਮਾਰਿਆ ਜੀ? ਆਪ ਕੋਈ ਗੱਲਬਾਤ ਨਹੀਂ, ਕੋਈ ਝਗੜਾ ਨਹੀਂ, ਹੁਣ ਕੋਈ ਗੱਲ ਨਹੀਂ ਸੀ। ਆਪਾਂ ਆਪਣੇ ਖੇਤਾਂ 'ਚ ਗੱਲਾਂ ਖੋਰੀ ਸਾਫ ਕਰਨ ਦੇ ਸੀ। ਸਾਡੀ ਅੱਧ ਪੈਲੀ 'ਚ ਉਹਦਾ ਡੇਰਾ ਵੇਖੋ, ਮੌਕਾ ਜਾ ਕੇ ਕਿੱਥੇ ਵੇ ਸਾਡੇ ਘਰ ਅੱਧ ਪੈਲੀ 'ਤੇ ਆਣ ਕੇ ਗੱਲਾਂ ਗੱਲ ਪਏ ਨੇ। ਪਹਿਲਾਂ ਪੁਰਾਣਾ ਝਗੜਾ? ਹਾਂਜੀ, ਪੁਰਾਣਾ ਝਗੜਾ ਹੈਗਾ ਸੀ। ਉਹਨਾਂ ਨੇ ਰੇਤ ਪਟਾਈ, ਸਾਡੀ ਪੈਲੀ ਨਾਸ਼ ਕਰ ਦਿੱਤੀ, ਸਾਰੀ ਵੱਡੇ ਪੀ ਸਾਡੀ ਜ਼ਮੀਨ ਹੈ। ਤੁਹਾਡੇ ਇਲਾਵਾ ਹੋਰ ਕਿਹਨੂੰ? ਡੈਡੀ ਨੂੰ ਮਾਰ ਦਿੱਤਾ ਜੇ, ਵਰਸ਼ਾ ਮਾਰ ਕੇ। ਮੇਰੇ ਡੈਡੀ ਨੂੰ ਤਾਂ ਮਾਰ ਹੀ ਦਿੱਤਾ ਜੇ, ਇੰਨੇ ਉਹਦੀ ਚਾਬੀ ਨਿਕਲੀ, ਪਤਾ ਨਹੀਂ ਹੁਣ ਤਾਂ ਬਾਬਾ ਜੀ ਜੇ ਉਹਨੂੰ ਰੱਖ ਲਏ ਤੇ ਅਸੀਂ ਸਾਫ ਮੰਗਣੇ। ਸਾਡੇ ਨਾਲ ਬਹੁਤ ਧੱਕਾ ਕਰ ਦਿੱਤਾ, ਬਹੁਤ ਜ਼ਿਆਦਾ। ਸਾਡੇ ਘਰ ਵੀ ਪਿਛਲੀ ਵਾਰੀ ਘਰ ਗੱਲ ਪਏ ਸੀ, ਐਤਕੀ ਸਾਡੇ ਅੰਦਰ ਆਉਣਾ ਪੈਲੀ 'ਚ ਆਉਣ ਪਏ ਜੇ। ਸਿੰਘ ਅਤੇ ਦਲਬੀਰ ਸਿੰਘ, ਇਹਨਾਂ ਦਾ ਕੋਈ ਆਪਸੀ ਜ਼ਮੀਨ ਦਾ ਕੋਈ ਵਿਵਾਦ ਚੱਲਦਾ ਸੀ, ਜਿਸ ਤੋਂ ਅੱਜ ਕਿਸੇ ਗੱਲ ਤੋਂ ਲੈ ਕੇ ਸ਼ਾਮੀ ਇਹਨਾਂ ਦਾ ਤਕਰਾਰ ਹੋਇਆ, ਜਿਸ ਸੰਬੰਧੀ ਤਰਸੇਮ ਦੇ ਕਿਰਚ ਕੁਰਚ ਮਾਰੀ ਹੈ, ਜਿਹਦੇ ਨਾਲ ਉਹਦਾ ਕਤਲ ਹੋ ਗਿਆ, ਅਤੇ ਮੌਕੇ 'ਤੇ ਆਏ ਹਾਂ। ਤਸਦੀਕ ਕੀਤੀ ਜਾ ਰਹੀ ਹੈ, ਅਤੇ ਜੋ ਵੀ ਤਸਦੀਕ ਸਾਹਮਣੇ ਆਊਗਾ ਅਨੁਸਾਰ ਕਾਰਵਾਈ ਅਮਲ 'ਚ ਲਿਆਉਂਦੀ ਜਾਊਗੀ। ਪੂਰੇ ਦਿਨ ਜਾਇਜ਼ ਮੈਂ ਨਹੀਂ ਰੋਕਣ ਦਾ ਵੀ ਮਾਮਲਾ ਹੈਗਾ ਸੀ? ਨਹੀਂ, ਇਹੋ ਜਿਹੀ ਕੋਈ ਗੱਲਬਾਤ ਨਹੀਂ, ਇਹ ਕੋਈ ਇਹਨਾਂ ਦਾ ਆਪਸੀ ਜ਼ਮੀਨ ਦਾ ਕੋਈ ਝਗੜਾ ਚੱਲਦਾ ਉਹ ਦੋਵਾਂ ਧਿਰਾਂ ਦਾ, ਉਸ ਸੰਬੰਧੀ ਮੌਕੇ 'ਤੇ ਆ ਗਏ। ਕੀ ਹੁਣ ਇੱਥੇ ਵੇਖਿਆ, ਕਿੰਨੇ ਦੀ ਮੌਤ ਹੋਈ, ਕੀ ਜ਼ਖਮੀ ਹੋਏ ਜੀ? ਇੱਕ ਤਰਸੇਮ ਸਿੰਘ ਆ, ਵੇਖਣ ਨੂੰ ਮਤਲਬ ਪਤਾ ਲੱਗਾ ਵੀ ਉਹਦੀ ਮੌਤ ਹੋਈ ਹੈ। ਜ਼ਖਮੀ ਵੀ ਹੋਇਆ ਜੀ ਕੋਈ? ਹਾਂ, ਉਹਦੀ ਭਰਜਾਈ ਆ ਕੋਈ, ਉਹਨੂੰ ਸੱਟ ਸੁੱਟਾਂ ਲੱਗੀਆਂ ਜਿੱਥੋਂ ਝਗੜਾ ਹੋਇਆ ਇਹਨਾਂ ਦਾ, ਕਰ ਲੈਂਦੇ ਤਸਦੀਕ, ਬਾਕੀ ਜੋ ਵੀ ਕਰ ਰਹੀ ਕੰਮ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਸੱਤ ਇਲਮਾਂ ਦੇ ਮਾਹਿਰ ਰੋਹਿਤ ਜੋਸ਼ੀ, ਫੀਸ ਨਹੀਂ ਇਨਾਮ ਲਵਾਂਗਾ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮਨਚਾਹਾ ਪਿਆਰ, ਪਤੀ ਪਤਨੀ ਵਿੱਚ ਅਣਬਣ, ਬਿਮਾਰੀ ਵਿੱਚ ਦਵਾਈ ਦਾ ਨਾ ਲੱਗਣਾ, ਵਸ਼ੀਕਰਨ ਕਰਵਾਉਣਾ ਜਾਂ ਤੜਵਾਉਣਾ, ਕਾਲੇ ਜਾਦੂ ਦਾ ਖਾਤਮਾ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਸੌਤੋਂ ਦੁਸ਼ਮਣ ਤੋਂ ਛੁਟਕਾਰਾ ਪਾਉਣ ਲਈ ਸੰਪਰਕ ਕਰੋ, ਨੰਬਰ 9999682600।